साथियों तर्कशील टीवी ते तुहाडा स्वागत है। मैं शमशेर चोरमार अज तुहाडी मुलाकात कराउण जा रहे हैं उगे तर्कशील और सूबाई आगू रहे अवतार गुदारा जी नाल, जिहड़े कि फरीदकोट विखे काफ़ी लंबा टाइम एज ए एडवोकेट वकील दे तौर ते उह सेवा करदे रहे और तर्कशील संपादक रहे तर्कशील मैगजीन दे, और अज कल उह USA दे विच रह रहे हैं परिवार समेत। ਉਹਨਾਂ ਨਾਲ ਕੁਛ ਗੱਲਾਂ ਸਾਂਝੀਆਂ ਕਰਾਂਗੇ। ਗੁਦਾਰਾ ਸਾਹਿਬ ਮਿਹਰਬਾਨੀ, ਸ਼ੁਕਰੀਆ ਟੀਵੀ ਤਰਕ ਆਪਣੇ ਤਰਕਸ਼ੀਲ ਟੀਵੀ ਦਾ, ਅਤੇ ਮੈਨੂੰ ਖੁਸ਼ੀ ਹੈ ਤੁਸੀਂ ਗੱਲਬਾਤ ਕਰ ਦੱਸ ਪੁੱਛੋ ਕੀ ਕਹਿਣਾ। ਗੁਦਾਰਾ ਸਾਹਿਬ, ਹਾਂਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਤਰਕਸ਼ੀਲ ਸੁਸਾਇਟੀ 'ਚ ਕਿਵੇਂ ਆਏ? ਮੈਨੂੰ ਇਹ ਲੱਗਦਾ ਵੀ ਪਹਿਲਾਂ ਜਿਹੜਾ ਇਜਲਾਸ ਸੀਗਾ ਭਦੌੜ ਹੋਇਆ, ਕਿਉਂਕਿ ਦੋ ਕਿਤਾਬਾਂ ਛਪੀਆਂ ਸੀ ਡਾਕਟਰ ਕਪੂਰ ਦੀਆਂ ਅਨੁਵਾਦ, ਅਤੇ ਉਹਨਾਂ ਨੇ ਕਾਫੀ ਲੋਕਾਂ 'ਚ ਜਿਹੜਾ ਸੀ ਭੂਤਾਂ ਪ੍ਰੇਤਾਂ ਦੇ ਖਿਲਾਫ ਤਰਕਸ਼ੀਲਤਾ ਦੇ ਹੱਕ 'ਚ ਕਾਫੀ ਗੱਲ ਉਹ ਲੈ ਕੇ ਆਉਂਦੀ। ਅੱਛਾ, ਉਹ ਕਿਤਾਬਾਂ ਛਪਣ ਤੋਂ ਬਾਅਦ ਕੁਛ ਬੰਦਿਆਂ ਨੂੰ ਇਹ ਲੱਗਿਆ ਵੀ ਇਹ ਜਿਹੜੀ ਵਿਚਾਰਧਾਰਾ ਹੈ ਜਾਂ ਇਹ ਆਈਡੀਓਲੋਜੀ ਹੈ ਇਹਨੂੰ ਜਥੇਬੰਦਕ ਰੂਪ ਦੇ ਕੇ ਇੱਕ ਸੁਸਾਇਟੀ ਦਾ ਜਿਹੜਾ ਉਹ ਬਣਾਇਆ ਜਾਵੇ। ਸੋ ਮੈਂ ਮਤਲਬ ਉਹ ਕਹਿ ਲਓ ਵੀ ਮੁੱਢਲੇ ਮੈਂਬਰਾਂ 'ਚ ਹੀ ਉਦੋਂ ਆਉਣਾ ਸ਼ੁਰੂ ਕਰਤਾ ਸੀਗਾ, 84-85 ਦੇ ਕਰੀਬ 'ਚ, ਅਤੇ ਬਹੁਤ ਵਧੀਆ ਉਹ ਚੱਲਿਆ। ਮੈਨੂੰ ਇਹ ਲੱਗਦਾ ਵੀ ਸੁਸਾਇਟੀ ਨੂੰ ਤਾਂ ਮੈਂ ਓਨਾ ਨਹੀਂ ਦਿੱਤਾ ਜਿੰਨਾ ਮੈਂ ਸੁਸਾਇਟੀ ਤੋਂ ਸਿੱਖਿਆ, ਕਿਉਂਕਿ ਚੀਜ਼ਾਂ ਨੂੰ, ਘਟਨਾਵਾਂ ਨੂੰ, ਪੋਲੀਟਿਕਸ ਨੂੰ, ਹੈ ਤੁਸੀਂ ਕਹਿ ਲਓ ਕਲਚਰ ਨੂੰ, ਹਰ ਗੱਲ ਨੂੰ ਪਰਖਣਾ ਪੜਚੋਲਣਾ। ਸੋ ਮੈਨੂੰ ਇਹ ਲੱਗਦਾ ਹੈਗਾ ਵੀ ਊਂ ਵੀ ਬੰਦੇ ਅਤੇ ਪਸ਼ੂ 'ਚ ਫਰਕ ਹੀ ਇਹੀ ਹੈ ਵੀ ਜਿਹੜਾ ਪਸ਼ੂ ਆ ਕੰਮ ਤਾਂ ਸਾਰੇ ਉਹੀ ਬੰਦੇ ਵਾਲੇ ਕਰਦਾ, ਠੀਕ ਹੈ ਨਾ, ਜਿਉਂਦਾ, ਖਾਂਦਾ, ਪੀਂਦਾ, ਬੱਚੇ ਵੀ ਹੁੰਦੇ ਉਹਦੇ, ਸਾਰਾ ਕੁਛ ਹੈ, ਉਹ ਪਾਲਦਾ ਵੀ ਹੈ, ਪਰ ਉਹ ਇੱਕ ਕੰਮ ਨਹੀਂ ਕਰਦਾ ਵੀ ਉਹ ਚੀਜ਼ਾਂ ਦੀ ਪਰਖ ਪੜਚੋਲ ਨਹੀਂ ਕਰ ਸਕਦਾ। ਮੈਨੂੰ ਇਹ ਲੱਗਦਾ ਵੀ ਮਨੁੱਖ ਹੈ ਜਿਹੜਾ ਉਹਦੇ ਕੋਲ ਇਹ ਇੱਕ ਗੁਣ ਹੈ, ਅਤੇ ਤਰਕਸ਼ੀਲ ਸੁਸਾਇਟੀ 'ਚ ਆ ਕੇ ਇਹ ਚੀਜ਼ਾਂ ਮੈਂ ਸਿੱਖੀਆਂ, ਅਤੇ ਉਹਦੇ 'ਚ ਜਿਹੜੇ ਨਾਲ ਦੇ ਸਾਥੀ ਸੀ ਜਿਵੇਂ ਰਾਜਪਾਲ ਉਰੇ ਸਾਰੇ, ਬਲਵਿੰਦਰ ਬਰਨਾਲਾ ਜੀ, ਕਾਫੀ ਪਹਿਲਾਂ ਵਾਲੇ ਜਿਹੜੇ ਬੰਦੇ ਸੀ ਜਿਹੜੇ ਨਾਲ ਕੰਮ ਕਰਦੇ ਸੀਗੇ, ਅਤੇ ਉਹਨਾਂ ਨਾਲ ਵਿਸ਼ਿਆਂ ਬਾਰੇ, ਮੁੱਦਿਆਂ 'ਤੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਸੀ, ਵਿਚਾਰ ਚਰਚਾ ਹੁੰਦੀ ਸੀ, ਉਹਦੇ ਨਾਲ ਗੱਲਾਂ ਵਧੀਆ ਹੋਰ ਸਮਝਣ 'ਚ ਮਦਦ ਮਿਲਦੀ ਸੀ। ਸੋ ਮੈਨੂੰ ਇਹ ਲੱਗਦਾ ਵੀ ਜਿਹੜਾ ਆਪਾਂ ਤਾਂ ਚਲ ਸੁਸਾਇਟੀ 'ਚ ਕੰਮ ਕੀਤਾ, ਪਰ ਸੁਸਾਇਟੀ ਨੇ ਵੀ ਮਾਣ ਤਾਣ ਵੀ ਦਿੱਤਾ, ਅਤੇ ਯਾਨੀ ਸਿੱਖਣ 'ਚ ਗੱਲਾਂ ਨੂੰ ਸਮਝਣ ਦੇ ਵਿੱਚ ਵੀ ਬਹੁਤ ਰੋਲ ਅਦਾ ਕੀਤਾ। ਹਾਂ ਗੁਦਾਰਾ ਸਾਹਿਬ, ਬਹੁਤ ਵਧੀਆ ਗੱਲ ਰੱਖੀ ਤੁਸੀਂ। ਇਸ ਤੋਂ ਇਲਾਵਾ ਜਿਵੇਂ ਕਿ ਇੱਕ ਘੱਟ ਪੜ੍ਹਿਆ ਲਿਖਿਆ ਬੰਦਾ, ਜਾਂ ਈਵਨ ਕਿ ਸਾਨੂੰ ਕੁਛ ਸਾਥੀ ਮਿਲੇ ਅਨਪੜ੍ਹ ਬੰਦੇ ਵੀ, ਬਿਲਕੁਲ ਤਰਕਸ਼ੀਲ ਨਾ ਹੋ, ਕਿਸੇ ਵੀ ਗੈਰ ਵਿਗਿਆਨਿਕ ਘਟਨਾ ਨੂੰ ਹੀ ਮੰਨਦੇ, ਪਰ ਦੂਜੇ ਪਾਸੇ ਇਸਰੋ ਵਰਗੇ ਜਾਂ ਨਾਸਾ ਵਰਗੇ ਐਡੀਆਂ ਵੱਡੀਆਂ ਜਿਹੜੀਆਂ ਮਤਲਬ ਉਹਨਾਂ ਦੀਆਂ ਪੁਲਾੜ ਏਜੰਸੀਆਂ, ਪੁਲਾੜ ਦੀਆਂ ਸੰਸਥਾਵਾਂ, ਉਹਨਾਂ ਦੇ ਵਿਗਿਆਨੀ ਜਿਹੜੇ ਚੰਦਰਯਾਨ ਤੱਕ ਦੇ ਬਣਾ ਚੁੱਕੇ ਆ, ਅਤੇ ਉਹਨਾਂ ਉਹ ਵੀ ਮਤਲਬ ਪੂਜਾ ਪਾਠ ਦੇ ਵਿੱਚ ਕਿਉਂ ਗੱਲ ਕਰਦੇ ਆ? ਨਹੀਂ, ਉਹ ਤਾਂ ਮੈਨੂੰ ਇਹ ਲੱਗਦਾ ਨਾ ਦੋ ਨਜ਼ਰੀਏ ਆ, ਇੱਕ ਪਦਾਰਥਵਾਦੀ ਨਜ਼ਰੀਆ ਜਿਹੜਾ ਇਹ ਮੰਨ ਕੇ ਚੱਲਦਾ ਵੀ ਜੋ ਕੁਛ ਵੀ ਇਹ ਹੈਗਾ, ਬ੍ਰਹਿਮੰਡ ਹੈ, ਧਰਤੀ ਹੈ, ਚੰਦ ਤਾਰੇ ਹੈ, ਵੀ ਇਹ ਬੇਸ ਹੈ, ਇਹਦੂ ਬਿਨਾਂ ਕੋਈ ਹੋਰ ਸੱਤਾ ਸ਼ਕਤੀ ਰੱਬ ਦੇਵੀ ਦੇਵਤਾ ਕੋਈ ਹੈ ਨਹੀਂ, ਇਹਨੂੰ ਬਣਾਉਣ ਵਾਲਾ ਕੋਈ ਨਹੀਂ। ਇੱਕ ਤਾਂ ਇਹ ਹੈ, ਇੱਕ ਵਿਚਾਰਧਾਰਾ ਇਹ ਹੈ ਵੀ ਇਹਨੂੰ ਬਣਾਉਣ ਵਾਲਾ ਇਹਦੇ ਪਿੱਛੇ ਕੋਈ ਕ੍ਰੀਏਟਰ ਹੈ ਜਾਂ ਰਚਨਾਕਾਰ ਹੈ, ਹੈ ਰੱਬ ਹੈ, ਖੁਦਾ ਹੈ, ਵਗੈਰਾ ਵਗੈਰਾ, ਵਿਚਾਰਵਾਦੀ ਫਲਸਫਾ। ਹਾਂ, ਵਿਚਾਰਵਾਦੀ ਫਲਸਫਾ ਹੈ, ਜਿਹਨੂੰ ਆਦਰਸ਼ਵਾਦੀ ਫਲਸਫਾ ਵੀ ਕਹਿ ਦਿੰਦੇ। ਹੁਣ ਤੁਸੀਂ ਸਾਇੰਟਿਸਟ ਬਣ ਗਏ, ਠੀਕ ਹੈ ਨਾ, ਪਾਇਲਟ ਬਣ ਗਏ, ਇੰਜੀਨੀਅਰ ਬਣ ਗਏ ਜਾਂ ਹੋਰ ਹੈ, ਉਹ ਮਤਲਬ ਤਕਨੀਕੀ ਗੱਲਾਂ ਨੇ, ਤੁਸੀਂ ਤਕਨੀਕੀ ਗੱਲਾਂ ਧਾਰਮਿਕ ਬੰਦਾ ਵੀ ਕਰ ਸਕਦਾ ਅਤੇ ਗੈਰ ਧਾਰਮਿਕ। ਹੁਣ ਟਰੈਕਟਰ ਚਲਾਉਣਾ, ਹੁਣ ਟਰੈਕਟਰ ਵਾਸਤੇ ਕੋਈ ਜ਼ਰੂਰੀ ਨਹੀਂ ਗਾ ਵੀ ਤੁਸੀਂ ਮਤਲਬ ਪਦਾਰਥਵਾਦੀ ਹੋਵੋ, ਜੇ ਤੁਹਾਨੂੰ ਗੇਅਰ ਲਿਆਉਣਾ ਆਉਂਦਾ ਅਤੇ ਤੁਹਾਨੂੰ ਛੋਟੀਆਂ ਗੱਲਾਂ ਕਰਨੀਆਂ, ਤੁਸੀਂ ਮਕੈਨਿਕ ਵੀ ਬਣ ਸਕਦੇ ਹੋ ਅਤੇ ਵਾਹ ਵੀ ਸਕਦੇ ਹੋ, ਠੀਕ ਹੈ ਨਾ। ਪਰ ਜੇ ਤੁਸੀਂ ਕੁਛ ਮੂਲ ਸਵਾਲ ਆ ਜਿਹੜੇ ਜ਼ਿੰਦਗੀ ਦੇ, ਜਿਵੇਂ ਹੁਣ ਵੀ ਧਰਤੀ ਮਤਲਬ ਪਦਾਰਥ ਪਹਿਲਾਂ ਬਣਿਆ ਜਾਂ ਰੱਬ ਪਹਿਲਾਂ ਬਣਿਆ ਜਾਂ ਇਹਨੂੰ ਕਿਹਨੇ ਬਣਾਇਆ, ਠੀਕ ਹੈ ਨਾ, ਜਦੋਂ ਤੁਸੀਂ ਇਹੋ ਜਿਹੇ ਬੁਨਿਆਦੀ ਸਵਾਲ ਕਰੋਗੇ ਤਾਂ ਇਹ ਜਿਹੜੇ ਵਿਗਿਆਨੀ ਹੈ ਇੱਥੇ ਆ ਕੇ ਇਹਨਾਂ ਦੀ ਕਿੱਲੀ ਫਸ ਜਾਂਦੀ ਹੈ, ਭਾਵੇਂ ਉਹ ਡਾਕਟਰ ਹੋਵੇ, ਇੰਜੀਨੀਅਰ। ਹੁਣ ਬਹੁਤ ਸਾਰੇ ਹੈਗੇ ਆ ਡਾਕਟਰ ਨੇ, ਹੁਣ ਉਹਨਾਂ ਨੂੰ ਉਹਨਾਂ ਨੇ ਫਿਜਿਕਸ ਵੀ ਪੜ੍ਹੀ ਹੈ, ਕੈਮਿਸਟਰੀ ਵੀ ਪੜ੍ਹੀ ਹੈ, ਠੀਕ ਹੈ ਨਾ, ਕੁਛ ਬੁਨਿਆਦੀ ਗੱਲਾਂ ਕਿਵੇਂ ਕੰਮ ਕਰਦੀਆਂ ਉਹਨਾਂ ਨੂੰ ਪਤਾ। ਪਰ ਜੇ ਹੁਣ ਤੁਸੀਂ ਕਈ ਵਾਰੀ ਘਰ ਜਾਓ ਤਾਂ ਪਤਾ ਲੱਗੂਗਾ ਜੀ ਉਹ ਤਾਂ ਮੱਥਾ ਟੇਕਣ ਗਏ ਆ ਜਾਂ ਉਹ ਸੁੱਖਣਾ ਸੁੱਖਣ ਗਏ ਆ। ਇਹਦਾ ਮਤਲਬ ਇਹ ਹੋ ਗਿਆ ਵੀ ਤਕਨੀਕੀ ਲੈਵਲ ਤੱਕ
जिहड़े भी कोई विज्ञानी लै लो या इंजीनियर लै लो या कोई होर भी बंदे लै लो, इवें कंप्यूटर दे भी लै लो, सॉफ्टवेयर वाले भी लै लो, उन्हीं गल्लां तक तां उह तर्क दी वरतों करदे आ। जदों उदों गांह जाके फिर मतलब कोई रस्म है, रिचुअल्स ने, कर्मकांड है, वह क्यों ने। जो मिसाल दे तौर ते थोले की गल ही लै लो, जां तुसीं कोई वस्तु शास्त्र की गल ही लै लो, या कोई तुसीं मतलब बार च टंगिया जी नींबू है या मिर्चा टंगिया है, धागा तवीत है, ठीक है ना। ये गल्लां तुहाडे विहार नूं, तुहाडी जानी कह लो प्रैक्टिस नूं, या तुहाडे कम नूं है, या तुहाडे इच्छित सिट्टे कढ़न दे विच किवें इह रोल अदा कर रही है, जिन्ना जे तुसीं इहदे कारण ते काज दा, ठीक है ना, आपस दे विच इहनूं नहीं समझदे गए जां इहनूं इधरले पासे सोचण दी कोशिश नहीं करदे, इहदा मतलब इह हो गया वी तुसीं एक हद तक तर्कशीलता वरत रहे हो, उदू बाद उहनूं तुसीं खूंजे च ला दिंदे, ठीक है ना। तो वह मैनूं लगदी बहुते पढ़िया लिखिया दा यही हाल है। तो जे हुण तुसीं अदरवाइज भावें अनपढ़ हो जां घट पढ़े लिखे हो, पर जे तुसीं बुनियादी गल्लां दे जानी कारण ते कारज जां इहदा इहदी जिहड़ी की प्रक्रिया जां की अमल है, जे उसनूं समझण दी कोशिश करदे हो, इह जरूरी नहीं तुहानूं हुण तर्कशील होण दा मतलब इह नहीं वी तू सारियां गल्लां समझ आ गई, बिल्कुल इह नहीं गा, मतलब एक नजरिया है तुहाडे कोल, एक जानी देखण दा एक ढंग तरीका है, तो वह तुसीं आपदी कोशिश नाल या साथियों की मदद नाल उस गल्लों तुसीं समझ सकते हो। तो सो मैनूं इह लगदा हैगा वी जे तुहाडा नज़रिया है नहीं पर तकनीक हैगी है तुहाडे कोल, फिर थोड़े वाला जिहड़ा सवाल का जवाब यह आउंदा वी तुसीं तकनीकी तौर पर तो कोई जानकारी लैनी, पर थोड़ा जिहड़ा नज़रिया हैगा वह तर्कशील शुद्ध नहीं बन सके, तो उहदी कई वारी लोड़ भी नहीं हुंदी वी जे थोड़ा उह वी डंगा लई जांदा तां वी आपां फिर बड़ा कानू पंगे च पैणा। बिल्कुल जी गुरदारा साहब, एक सवाल होर तुहाडे तों लवांगे कि जिस तरह तुसीं तकरीबन 50 सालां दी उम्र तक इत्थे फरीदकोट वकील दे तौर ते कम कीता, सोसाइटी च वधिया कम कीता, और सानूं इस इलाके दा नहीं पूरे पंजाब दे बुद्धिजीवियां दे विच तुहाडी गिणती आउंदी आ, हुण तुसीं कुछ सालां तों अमेरिका दे विच सैटल है तुहाडा परिवार, तुसीं उत्थों दे समाज बारे की सुनेहा दोगे कि उन्होंने किन्ना अंध विश्वास आ, या उत्थे कड़िया संस्थावां काम कर दिया, उत्थों की पोलटिक्स लोगों के मतलब जोड़े है जीवन जाच के लोगों वहमा भरमा च जिस तरह अपना मतलब राजनीतिक सिस्टम आ लोगों इस बाड़ रहा कोई दो रहा उ जिमें अपने रैशनलिस्ट सोसायटी है, अथीस सोसायटी उ ही है, पर ना मतलब सोसायटियां का जोड़ा घेरा है वो थोड़े जे पढ़े लिखे बंदियां तक है, मतलब इवन साइंटिस्टां च भी है, मतलब जिहड़े कोई यूनिवर्सिटी पढ़ाउण वाले आ तुहानूं उत्थे इस यूट्यूब दियां बहसां दे विच देखोगे एक काफ़ी हिस्सा हैगा तगड़े तगड़े वर्ल्ड रिनाउंड रैज, उन्होंने भी इहदे विच तर्कशीलता च सुपरस्टिशन के खिलाफ आ जिहड़ा काफ़ी कम कीता, पर जिस तरह का कम पंजाब विच तर्कशील सोसाइटी दा या हिंदुस्तान दियां होर स्टेटा दे विच बजमे रूप च हैगा, उस तरह का जिहड़ा जत्थेबंदक ताणा बाणा अमेरिका च देखण नूं नहीं मिलदा, रैदर उल्ट है, जिवें हुण अपने पंजाबी भाईचारा है उहदे विच वी जिहड़ा रिलीजन वाले पासे धर्म वाले पासे झुका ज्यादा है। अच्छा मैनूं उह ऐ वी लगदा हैगा वी इक तां जिहड़ा धर्म है क्योंकि तुसीं इक वड्डी कम्यूनिटी दे विच रह रहे हो, मतलब मिनोरिटी के तौर पर घट गिणती के तौर पर थोनू वो ना कट्ठे होने तो जोड़न दे विच भी एक सली जिहड़ी हुंदी है थोनू आपदे भाईचारे नाल मिल के करन दी, तो उहदे बजाय फिर उहदे चों फिर वो तर्कशीलता दीयां गल्लां जां उहियां गल्लां करनियां उस तो लोग फिर परहेज़ करदे। तो मैं मतलब जिहड़ा अपने पंजाब च है जिन्ना कम या तुसीं इधर बाकी स्टेटां च लै लो, महाराष्ट्र च लै लो, तमिलनाडु च लै लो, केरला च लै लो, ते उस तरह का उत्थे नहीं, पर टुटमे रूप दे विच जानी इंडिविजुअल जिहड़े हैगे या जां जो कोई जथेबंदी है भी है उन्हां दे जिवें मैगजीन है एक उत्थे आउंदा उह कुछ खास जानी कह लो सर्कल तक महदूद है, वह आम बंदियां पैराडॉक्स है, फ्रीडम है,
ਫਰੀਡਮ ਆਫ ਐਕਸਪ੍ਰੈਸ਼ਨ ਹੈਗੀ ਆ ਉੱਥੇ, ਤੁਹਾਡਾ ਬੋਲਣ ਦੀ ਆਜ਼ਾਦੀ ਹੈਗੀ ਹੈ। ਪਰ ਜੇ ਤੁਸੀਂ ਇਸ ਆਜ਼ਾਦੀ ਦਾ ਪ੍ਰਯੋਗ ਇਹਨਾਂ ਗੱਲਾਂ ਵਾਸਤੇ ਕਰੋਗੇ, ਉਹਨੂੰ ਐਂ ਤਾਂ ਨਹੀਂ ਵੀ ਉਹਨੂੰ ਕੋਈ ਸਜ਼ਾ ਮਿਲਦੀ ਹੈ, ਪਰ ਉਹਨੂੰ ਪਸੰਦ ਨਹੀਂ ਕਰਦੇ, ਜਾਂ ਜਿਹੜੇ ਅਦਾਰਿਆਂ 'ਚ ਤੁਸੀਂ ਕੰਮ ਕਰੋਗੇ ਉੱਥੇ ਫਿਰ ਤੁਹਾਨੂੰ ਉਹ ਥੋੜ੍ਹਾ ਸ਼ੱਕ ਦੀ ਨਿਗਾਹ ਨਾਲ ਦੇਖਣਗੇ। ਪਰ ਜਿਹੜੇ ਆਮ ਲੋਕ ਨੇ ਉਹਨਾਂ ਦਾ ਮੈਂ ਦੇਖਿਆ ਵੀ ਜੇ ਉਹ ਰਿਲੀਜੀਅਸ ਵੀ ਹੈਗੇ ਆ, ਠੀਕ ਆ ਨਾ, ਉਹ ਕਿਸੇ ਖਾਸ ਤੌਰ 'ਤੇ ਜਿਹੜੇ ਉੱਥੋਂ ਦੇ ਅਮੈਰੀਕਨ ਨੇ, ਉਹਨਾਂ ਦੇ ਉਸ ਰਿਲੀਜੀਅਸ ਆਊਟਲੁੱਕ ਦਾ ਜਾਂ ਉਸ ਕਹਿ ਲਓ ਪਹੁੰਚ ਦਾ ਉਹਨਾਂ ਦੀ ਆਮ ਲਾਈਫ ਦੇ ਵਿੱਚ ਜਿਹੜਾ ਦਖਲ ਹੈ ਉਹ ਮੈਨੂੰ ਬਹੁਤ ਘੱਟ ਦੇਖਣ ਨੂੰ ਮਿਲਿਆ। ਮਤਲਬ ਉਹ ਰੈਸ਼ਨਲੀ ਚੀਜ਼ਾਂ ਨੂੰ ਸੋਚਦੇ ਆ, ਕਰਦੇ ਆ, ਤਰੱਕੀ ਵੀ ਉਹਨਾਂ ਨੇ ਤਾਂ ਹੀ ਕੀਤੀ ਹੈ, ਉਹ ਦਖਲ ਨਹੀਂ ਉਹਨਾਂ ਦਾ, ਉਹ ਇਹ ਨਹੀਂ ਹੈ ਵੀ ਮੇਰਾ ਅਜੇ ਨੁਕਸ ਪੈ ਗਿਆ, ਮੇਰੇ ਕਿਸੇ ਪਿਛਲੇ ਕਰਮਾਂ ਕਰਕੇ ਪੈ ਗਿਆ ਜਾਂ ਭੂਤ ਪ੍ਰੇਤ ਕਰਕੇ ਪੈ ਗਿਆ, ਠੀਕ ਹੈ, ਜਾਂ ਕਿਸੇ ਨੇ ਧਾਗਾ ਤਵੀਤ ਕਰਾਇਆ ਸੀਗਾ ਤਾਂ ਕਰਕੇ ਪੈ ਗਿਆ, ਮਤਲਬ ਇਹੋ ਜਿਹੀ ਗੱਲ ਮੇਰੇ ਦੇਖਣ 'ਚ ਨਹੀਂ ਮਿਲੀ। ਉਹ ਚੀਜ਼ਾਂ ਨੂੰ, ਉਹਦੀ ਕਾਜੇਸ਼ਨ ਨੂੰ ਜਿਹਨੂੰ ਆਪਾਂ ਕਹਿੰਦੇ ਨੇ ਨਾ ਕਾਜ ਐਂਡ ਇਫੈਕਟ, ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆ ਆਪਣੇ ਨਾਲੋਂ ਆਮ ਤੌਰ 'ਤੇ ਆਮ ਲੋਕਾਂ 'ਚ। ਗੁਰਦੁਆਰਾ ਸਾਹਿਬ, ਹਾਂਜੀ, ਤਰਕਸ਼ੀਲ ਸੁਸਾਇਟੀ ਨੂੰ ਤਕਰੀਬਨ 40 ਵਰ੍ਹੇ ਹੋ ਗਏ ਕੰਮ ਕਰਦੇ ਆ, 84 ਤੋਂ ਲਾ ਕੇ 39 ਸਾਲ ਹੋ ਗਏ ਪੂਰੇ। ਤੁਸੀਂ ਤਰਕਸ਼ੀਲ ਸੁਸਾਇਟੀ ਦੇ ਕੰਮਕਾਰ ਦੀ, ਉਹਦੇ ਕੰਮ ਕਰਨ ਦੇ ਕਰਦੇ ਢੰਗ ਦੀ, ਜਿਵੇਂ ਹੁਣ ਤਰਕ ਚੇਤਨਾ ਪਰਖ ਪ੍ਰੀਖਿਆ ਪਿਛਲੇ ਦਿਨਾਂ ਤਰਕ ਚੇਤਨਾ ਜਿਹੜੀ ਆਪਣੀ ਤਰਕਸ਼ੀਲ ਵੈਨ ਆ ਗਈ, ਹੋਰ ਸਰਗਰਮੀਆਂ ਜੁੜ ਗਈਆਂ, ਪਹਿਲਾਂ ਹੋਰ ਤਰ੍ਹਾਂ ਦੀਆਂ ਸੀ, ਅਤੇ ਤੁਸੀਂ ਤਰਕਸ਼ੀਲ ਸੁਸਾਇਟੀ ਦੇ ਕੰਮਕਾਰ ਦਾ ਮੁਲਾਂਕਣ ਕਿਵੇਂ ਕਰੋਗੇ? ਮੈਂ ਤਾਂ ਕੰਮ ਤੋਂ ਸੰਤੁਸ਼ਟ ਹਾਂ। ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਵੀ ਅੰਧ ਵਿਸ਼ਵਾਸਾਂ ਦੇ ਖਿਲਾਫ਼, ਭੂਤਾਂ ਪ੍ਰੇਤਾਂ ਦੇ ਖਿਲਾਫ਼ ਜਾਂ ਜਿਹੜੀਆਂ ਗੈਰ ਕੁਦਰਤੀ ਘਟਨਾਵਾਂ ਵਾਪਰਦੀਆਂ ਸੀ ਇਹਨਾਂ ਦੇ ਖਿਲਾਫ਼ ਵੀ 25 ਸਾਲ ਸੁਸਾਇਟੀ ਨੇ ਬਹੁਤ ਖੁੱਭ ਕੇ ਕੰਮ ਕੀਤਾ। ਅਤੇ ਅੱਜ 30-40 ਸਾਲ ਪੁਰਾਣੇ ਜੇ ਤੁਸੀਂ ਅਖ਼ਬਾਰ ਕੱਢੋ ਉਹਨਾਂ 'ਚ ਆਮ ਹੀ ਲਿਖਿਆ ਹੁੰਦਾ ਜਿਵੇਂ ਇੱਥੇ ਕੱਪੜੇ ਕੱਟੇ ਗਏ, ਹੈਂ ਇੱਥੇ ਸਾਡੇ ਆਟੇ 'ਚ ਰੰਗ ਆ ਗਿਆ, ਹੈਂ ਜਾਂ ਇੱਥੇ ਕੋਈ ਆਹ ਚੀਜ਼ ਹੋ ਗਈ, ਠੀਕ ਹੈ ਨਾ, ਜਾਂ ਹੱਡੀਆਂ ਸਿੱਟੀਆਂ ਗਈਆਂ। ਤੁਸੀਂ ਅੱਜ ਦੇਖੋਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਅਖ਼ਬਾਰਾਂ 'ਚ ਅਲੋਪ ਹੋ ਗਈਆਂ। ਅਤੇ ਇਸ ਸੁਸਾਇਟੀ ਦੇ ਪ੍ਰਚਾਰ ਨੇ ਵੀ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹ ਬੰਦਾ ਕਰਦਾ, ਉਹ ਮਾਨਸਿਕ ਰੋਗੀ ਵੀ ਹੋ ਸਕਦਾ, ਜਾਣ ਕੇ ਵੀ ਕਰਦਾ। ਅਤੇ ਮੈਨੂੰ ਇਹ ਲੱਗਦਾ ਵੀ ਪੰਜਾਬੀ ਜਿਹੜਾ ਮੁਆਸ਼ਰਾ ਇੰਨਾ ਕੁ ਤਾਂ ਹੈਗਾ ਪੜ੍ਹਿਆ ਲਿਖਿਆ, ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ। ਅਤੇ ਹੁਣ ਤੁਸੀਂ ਉਹ ਦੇਖ ਲਓ ਜੇ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਉਹ ਆਪ ਹੀ ਹੱਲ ਕਰ ਲੈਂਦੇ ਆ। ਤੋ ਇੱਕ ਤਾਂ ਮੈਨੂੰ ਇਹ ਲੱਗਦਾ ਵੀ ਇਹ ਬਹੁਤ ਹੀ ਵੱਡਾ ਜਾਣੀ ਆਪਣੇ ਸੱਭਿਆਚਾਰ ਦੇ ਵਿੱਚ ਜਾਂ ਲੋਕਾਂ ਨੂੰ ਇਹਨੂੰ, ਜਿਵੇਂ ਮੈਂ ਜੇ ਇਹਦੀ ਤੁਲਨਾ ਕਰਨੀ ਹੋਵੇ ਜਿਵੇਂ ਯੂਰਪ ਦੀ ਇਨਲਾਈਟਨਮੈਂਟ, ਜਾਣੀ ਜੇ ਯੂਰਪ ਦੀ ਇਨਲਾਈਟਨਮੈਂਟ ਲਹਿਰ ਸੀ ਅਸੀਂ ਓਨੀ ਸਟਰੋਂਗ ਤਾਂ ਨਹੀਂ ਬਣਾ ਸਕੇ, ਪਰ ਮੈਨੂੰ ਇਹ ਲੱਗਦਾ ਵੀ ਇਹਦਾ ਮੁਹਾਂਦਰਾ ਕੁਛ ਨਾ ਕੁਛ ਜਿਹੜਾ ਹੈਗਾ ਤਰਕ ਸੁਸਾਇਟੀ ਦੇ ਕੰਮ ਦਾ ਉਹਦੇ ਵਰਗਾ, ਵੀ ਲੋਕਾਂ ਨੂੰ ਇਨਲਾਈਟਨ ਕਰਨਾ, ਸਿਆਣਾ ਬਣਾਉਣਾ, ਚੀਜ਼ਾਂ ਨੂੰ ਸਮਝਣ ਬਾਰੇ ਉਹਨਾਂ ਨੂੰ ਉਤਸ਼ਾਹਿਤ ਕਰਨਾ, ਉਹਨਾਂ ਨੂੰ ਮਤਲਬ ਢੰਗ ਤਰੀਕੇ ਦੱਸਣਾ। ਅਤੇ ਇਸੇ ਤਰ੍ਹਾਂ ਕਿਉਂਕਿ ਆਪਣਾ ਜਿਹੜਾ ਕੰਮ ਹੈ ਆਪਾਂ ਤਾਂ ਵਿਚਾਰਾਂ ਦੇ ਬੀ ਸੁਸਾਇਟੀ ਨੇ ਬੀਜਣੇ, ਅਤੇ ਉਹਦੇ ਵਿੱਚ ਮੈਨੂੰ ਇਹ ਲੱਗਦਾ ਵੀ ਇਹਨੇ ਆਪਦੇ ਵਿਚਾਰਾਂ ਦਾ ਬੀਆਂ ਦਾ ਜਿਹੜਾ ਖਲਾਰਾ ਬਹੁਤ ਮਨਾਂ 'ਚ ਲੋਕਾਂ ਦੇ ਪਾਇਆ, ਅਤੇ ਹੌਲੀ ਹੌਲੀ ਉਹ ਉੱਗਰੂਗਾ, ਹੈ ਉਹਨੂੰ ਬੂਰ ਵੀ ਪੈਣਾ, ਦਰਖਤ ਲੱਗਣਗੇ ਆਉਣ ਵਾਲੇ ਸਮੇਂ 'ਚ, ਆਪਾਂ ਨੂੰ ਚੰਗੀਆਂ ਸੰਭਾਵਨਾਵਾਂ ਮੈਨੂੰ ਲੱਗਦੀ ਦਿਸਦੀ। ਆਖਰੀ ਗੱਲ ਗੁਰਦੁਆਰਾ ਸਾਹਿਬ, ਹਾਂਜੀ, ਇਹ ਤਰਕਸ਼ੀਲ ਕਾਰਕੁਨਾਂ ਲਈ ਕੀ ਸੁਨੇਹਾ ਦੇਣਾ ਚਾਹੋਗੇ ਤਾਂ ਕਿ ਜੋ ਜਿਹੜਾ ਚੱਲ ਰਿਹਾ ਆਪਣਾ ਤਰਕਸ਼ੀਲ ਦਾ ਸੁਸਾਇਟੀ ਦਾ ਜਥੇਬੰਦਕ ਢਾਂਚਾ, ਆਪਾਂ ਕਾਫੀ ਕਾਮਯਾਬ ਹੋਏ ਆ ਉਹਦੇ ਵਿੱਚ, ਜਿਵੇਂ ਤੁਸੀਂ ਦੱਸਿਆ ਤੁਹਾਡਾ ਅਸੀਂ ਸਵਾਲ ਲਿਆ ਜਵਾਬ ਲਿਆ, ਤੇ ਅਗਲਾ ਮੈਸੇਜ ਕੀ ਹੈ ਤੁਹਾਡਾ? ਮੈਨੂੰ ਇਹ ਲੱਗਦਾ ਵੀ ਇਸ ਕੰਮ ਨੂੰ ਘਟਾ ਕੇ ਨਹੀਂ ਦੇਖਣਾ ਚਾਹੀਦਾ, ਵੀ ਇਹਨੂੰ ਐਂ ਨਹੀਂ ਵੀ ਮੈਂ ਵਿਹਲੇ ਟਾਈਮ ਦੀ ਗੱਲ ਹੈ ਵੀ ਚੱਲ ਛੁੱਟੀ ਹੈਗੀ ਹੈ ਮੀਟਿੰਗ 'ਤੇ ਜਾਏ, ਨਹੀਂ, ਮੈਨੂੰ ਇਹ ਲੱਗਦਾ ਵੀ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਹਰੇਕ ਜਿਹੜਾ ਪੜ੍ਹਿਆ ਲਿਖਿਆ ਜਾਂ ਘੱਟ ਪੜ੍ਹਿਆ ਲਿਖਿਆ ਪਰ ਤਰਕਸ਼ੀਲ ਸੋਚ ਦਾ ਜਾਂ ਪਦਾਰਥਵਾਦੀ ਸੋਚ ਦਾ ਧਾਰਨੀ ਹੈ, ਉਹਦੀ ਇਹ ਡਿਊਟੀ ਬਣਦੀ ਹੈ ਵੀ ਕਿਉਂਕਿ ਹੁਣ ਧਰਮ ਦਾ, ਫਿਰਕਾ ਪ੍ਰਸਤੀ ਦਾ ਆਪਸ ਵਿੱਚ ਭਾਈਚਾਰਿਆਂ 'ਚ ਜਿੰਨਾ ਟਕਰਾਅ ਆ ਰਿਹਾ ਸਮਾਜ ਦੇ ਵਿੱਚ, ਉਹਨੂੰ ਮੈਨੂੰ ਲੱਗਦੀ ਘਟਾਉਣ ਵਾਸਤੇ, ਠੀਕ ਹੈ ਨਾ, ਉਹਦਾ ਸਾਹਮਣਾ ਕਰਨ ਵਾਸਤੇ ਮਤਲਬ ਤਰਕਸ਼ੀਲ ਜਿਹੜੇ ਮੈਂਬਰ ਨੇ ਜਾਂ ਜਿਹੜੇ ਮੈਂਬਰ ਨਹੀਂ ਵੀ ਤਰਕਸ਼ੀਲ ਹੈਗੇ ਉਹਨਾਂ ਨੂੰ ਆਪਣੇ ਆਪਣੇ ਲੈਵਲ 'ਤੇ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਵੀ ਲੋਕਾਂ ਦਾ, ਭਾਵੇਂ ਉਹ ਬੇਰੁਜ਼ਗਾਰੀ ਲੈ ਲਓ, ਪੋਲੀਟਿਕਸ ਲੈ ਲਓ, ਠੀਕ ਹੈ ਨਾ ਗੱਲ, ਇਨਵਾਇਰਮੈਂਟ ਲੈ ਲਓ, ਮਹਿੰਗਾਈ ਲੈ ਲਓ, ਜਾਣੀ ਕਿੰਨੇ ਮਸਲੇ ਨੇ ਵੀ ਉਹ ਹੁਣ ਜਿਹੜਾ ਐਨ ਵੀ ਉਹ ਮੇਰੀ ਕਿਸਮਤ ਮਾੜੀ ਹੈ ਜਾਂ ਮੈਨੂੰ ਪਿਛਲੇ ਕਰਮਾਂ ਕਰਕੇ ਨਹੀਂ ਮੇਰੇ ਨਾਲ ਕੁਛ ਆਹ ਹੋ ਰਿਹਾ, ਇਹਦੀ ਬਜਾਏ ਉਹ ਚੀਜ਼ਾਂ ਨੂੰ ਦੇਖਣ ਵੀ ਇਹ ਸਾਡੇ ਹੀ ਕਿਸ ਇਸ ਸਮਾਜ ਦੇ ਵਿੱਚ ਤਾਣੇ ਬਾਣੇ 'ਚ
ਕਿੱਥੇ ਨੁਕਸ ਹੈ ਅਤੇ ਅਸੀਂ ਉਹ ਨੁਕਸਾਂ ਨੂੰ ਕਿਵੇਂ ਦੂਰ ਕਰਨਾ ਹੈ। ਸੋ ਮੈਨੂੰ ਇਹ ਲੱਗਦਾ ਹੈਗਾ ਵੀ ਤਰਕਸ਼ੀਲ ਜਿਹੜੇ ਮੈਂਬਰ ਨੇ ਜੋ ਇਸ ਦਿਸ਼ਾ ਦੇ ਵਿੱਚ ਬਾਕੀ ਲੋਕਾਂ ਦੀ ਮਦਦ ਕਰਦੇ ਆ, ਉਹਨਾਂ 'ਚ ਇਹ ਤਰਕਸ਼ੀਲਤਾ ਦੀ ਜਾਗ ਲਾਉਂਦੇ ਆ। ਤਰਕਸ਼ੀਲਤਾ ਦੀ ਜਾਗ ਦਾ ਮਤਲਬ ਕੀ ਹੈ? ਵੀ ਗੱਲਾਂ ਦਾ ਨਿਰਣਾ ਕਰਨਾ, ਉਹਨਾਂ ਦਾ ਵਿਸ਼ਲੇਸ਼ਣ ਕਰਨਾ ਅਤੇ ਉਹਨਾਂ ਜੋ ਵੀ ਗੱਲ ਵਾਪਰਦੀ ਹੈ ਉਹਦੇ ਸਹੀ ਕਾਰਨਾਂ ਨੂੰ ਅੰਗਣਾ ਅਤੇ ਫਿਰ ਹੱਲ ਹੁੰਦੇ ਜਾਂ ਨਹੀਂ ਹੁੰਦੇ, ਯਾਨੀ ਅੱਧਾ ਇਲਾਜ ਇਸ ਗੱਲ ਦਾ ਵੀ ਅਸੀਂ ਮਸਲੇ ਨੂੰ ਸਮਝ ਲਿਆ। ਉਦੋਂ ਬਾਅਦ ਫਿਰ ਹੱਲ ਇਕੱਲਿਆਂ ਨੇ ਕਰਨਾ, ਮਿਲ ਕੇ ਕਰਨਾ ਜਾਂ ਸਮੂਹ ਕੋਸ਼ਿਸ਼ਾਂ ਨਾਲ ਕਰਨਾ, ਇਹ ਇੱਕ ਦੂਜਾ ਮਤਲਬ ਸਟੈਪ ਹੈਗਾ। ਸੋ ਮੈਨੂੰ ਇਹ ਲੱਗਦਾ ਵੀ ਜੇ ਦੋ ਗੱਲਾਂ ਵੱਲ ਧਿਆਨ ਰੱਖ ਕੇ ਆਪਾਂ ਚੱਲਾਂਗੇ। ਔਰ ਮੈਨੂੰ ਇਹ ਲੱਗਦਾ ਕੋਈ ਆਸਾਨ ਵੀ ਨਹੀਂ ਕਿਸੇ 'ਤੇ। ਤਰਕਸ਼ੀਲ ਬਣਨਾ ਇਹ ਆਪਣੇ ਆਪ ਨੂੰ ਵੀ ਬਹੁਤ ਸ਼ਕਤੀ ਦਿੰਦਾ। ਤੁਸੀਂ ਮਤਲਬ ਸਵੈ ਨਿਰਭਰ ਬਣਦੇ ਹੋ, ਤੁਸੀਂ ਇੰਡੀਪੈਂਡੈਂਟ ਬਣਦੇ ਹੋ, ਠੀਕ ਹੈ ਨਾ। ਤੁਹਾਡੇ ਜਿਹੜੇ ਮਨ ਦੇ ਖਾਨੇ ਹੈ ਜਿਹੜੇ ਹੈਗੇ ਆ ਜਾਂ ਬਾਰੀਆਂ ਉਹ ਬਾਹਰ ਵੱਲ ਖੁੱਲਦੀਆਂ ਹੈ। ਤੁਸੀਂ ਬਹੁਤ ਸਾਰੇ ਜਿਹੜੇ ਕਹਿ ਲਓ ਉਹੀ ਜਿਹੜੇ ਮਨਾਂ 'ਚ ਤੌਖਲੇ ਹੈ, ਸ਼ੰਕੇ ਹੈ, ਉਹਨਾਂ ਕਰਕੇ ਨਾ ਜਿਵੇਂ ਮਾਨਸਿਕ ਬਿਮਾਰ ਹੈ, ਡਿਪਰੈਸ਼ਨ ਹੈ। ਮੈਨੂੰ ਲੱਗਦਾ ਵੀ ਤਰਕਸ਼ੀਲ ਜਿਹੜਾ ਬੰਦਾ ਹੈ ਉਹਨੂੰ ਇਹੋ ਜਿਹੀਆਂ ਗੱਲਾਂ ਨਹੀਂ ਹੋਣਗੀਆਂ, ਕਿਉਂਕਿ ਉਹ ਗੱਲਾਂ ਨੂੰ ਸਹੀ ਤੌਰ 'ਤੇ ਸਮਝਦਾ। ਸੋ ਇਹ ਮੈਂ ਇਹ ਐਂ ਨਹੀਂ ਗਾ ਵੀ ਇਹ ਤੁਸੀਂ ਸੁਸਾਇਟੀ ਵਾਸਤੇ ਕੰਮ ਕਰ ਰਹੇ ਹੋ। ਤਰਕਸ਼ੀਲ ਹੋਣ ਦੇ ਨਾਲ ਤੁਹਾਨੂੰ ਨਿੱਜੀ ਤੌਰ 'ਤੇ ਵੀ ਫਾਇਦਾ, ਨਿੱਜੀ ਮਸਲੇ ਆ, ਪਰਿਵਾਰ ਦੇ ਮਸਲੇ ਆ ਜਾਂ ਆਲੇ ਦੁਆਲੇ ਦੇ ਤੁਹਾਡੇ ਮੁਹੱਲੇ ਦੇ ਮਸਲੇ, ਉਹਨਾਂ ਨੂੰ ਤੁਸੀਂ ਹੋਰ ਵਧੀਆ ਢੰਗ ਨਾਲ। ਹੁੰਦਾਰਾ ਜੀ, ਤੁਸੀਂ ਤਰਕਸ਼ੀਲ ਟੀਵੀ 'ਤੇ ਆਏ, ਬਹੁਤ ਵਧੀਆ ਗੱਲਾਂ ਕੀਤੀਆਂ ਔਰ ਸੁਨੇਹਾ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਬਹੁਤ ਵਧੀਆ ਸਵਾਲ ਕੀਤੇ ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।